ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਗੁਰਦਾਸਪੁਰ ਦੀ ਬੱਬੇਹਾਲੀ ਦੇ ਛਿੰਝ ਮੇਲੇ ਵਿੱਚ ਪਹੁੰਚੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਜਿੱਥੇ ਪੰਜਾਬ ਦੀ ਮੌਜੂਦਾ ਸਰਕਾਰ 'ਤੇ ਕਈ ਸਵਾਲ ਚੁੱਕੇ ਹਨ, ਉੱਥੇ ਹੀ ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਵਨ ਨੇਸ਼ਨ ਵਨ ਇਲੈਕਸ਼ਨ ਦੇ ਮੁੱਦੇ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਅਤੇ ਇਸ 'ਤੇ ਸਹਿਮਤੀ ਪ੍ਰਗਟਾਈ ਹੈ। ਸਾਡੇ ਜਿਹੜੇ ਗੁਰਦਾਸਪੁਰ ਦੇ ਹਲਕਾ ਇੰਚਾਰਜ ਬੱਬੇਹਾਲੀ ਸਾਹਿਬ, ਹਰ ਸਾਲ ਆਪਣੇ ਪਿੰਡ ਛਿੰਝ ਦਾ ਮੇਲਾ ਇਤਿਹਾਸਿਕ ਮੇਲਾ ਜਿੱਥੇ ਬੜੇ ਧੂਮਧਾਮ ਨਾਲ ਮਨਾਉਂਦੇ ਆ, ਅਤੇ ਲਗਾਤਾਰ ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਤਕਰੀਬਨ ਹਰ ਮੇਲੇ 'ਤੇ ਮੈਂ ਇੱਥੇ ਪਹੁੰਚਿਆ ਜਾਂ ਪਹਿਲੇ ਬਾਦਲ ਸਾਹਿਬ ਪਹੁੰਚਦੇ ਹੁੰਦੇ ਸੀ। ਸਭ ਤੋਂ ਪਹਿਲੇ ਮੈਂ ਜੋ ਅੱਜ ਪ੍ਰੈਸ ਕਾਨਫਰੰਸ ਕਹਿਣਾ ਚਾਹੁੰਦਾ ਕਿ ਹਾਈ ਕੋਰਟ ਨੇ ਭਗਵੰਤ ਮਾਨ ਦੀ ਸਰਕਾਰ ਦੇ ਮੂੰਹ 'ਤੇ ਚਪੇੜ ਮਾਰੀ ਹੈ। ਜਿਹੜੀ ਆ ਸਰਕਾਰ ਹੈ ਕਾਨੂੰਨ ਦੀਆਂ ਧੱਜੀਆਂ ਉਡਾਉਣ 'ਤੇ ਲੱਗੀ ਹੈ, ਅਪਰਵਾਈ ਨਹੀਂ ਕਰਦੀ ਕਿ ਕੌਨਸਟੀਟਿਊਸ਼ਨ ਕੀ ਹੈ, ਕੀ ਕਰ ਸਕਦੇ ਹਾਂ ਕੀ ਨਹੀਂ ਕਰ ਸਕਦੇ। ਜਿਹੜੇ ਕੰਮ ਕਰਨ ਵਾਲੇ ਆ ਉਹ ਤਾਂ ਕਰਦੇ ਨਹੀਂ, ਹੁਣ ਜ਼ੋਰ ਨਾਲ ਰੋਹਬ ਨਾਲ ਧੱਕੇ ਨਾਲ ਫੈਸਲੇ ਕਰਾਉਣਾ ਚਾਹੁੰਦੇ ਆ। ਫੈਸਲਾ ਇਹਨਾਂ ਨੇ ਆਪ ਕੀਤਾ ਕਿ ਅਸੀਂ ਪੰਚਾਇਤਾਂ ਰੱਦ ਕਰਨੀ ਹੈ। ਕਿਉਂ, ਕੀ ਕਹਿੰਦੇ ਆ ਕਿ 13,000 ਜਿਹੜੇ ਪੰਚਾਇਤਾਂ ਹੈ ਉਹ ਕਰਪਟ ਬਹੁਤ ਹੈ, ਕਿ ਸਾਡੇ ਕੋਲ 1,000 ਕਰੋੜ ਰੁਪਿਆ ਹੈ ਉਹ ਗਲਤ ਖਰਚਣੀ ਹੈ। ਤੁਸੀਂ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ, ਸਰਪੰਚਾਂ ਨੂੰ ਕਰਪਟ ਕਹਿ ਰਹੇ ਹੋ, ਇਹ ਤੋਂ ਮਾੜੀ ਗੱਲ ਕੀ ਹੋ ਸਕਦੀ ਹੈ? ਅਤੇ ਤੁਸੀਂ ਨਹੀਂ ਇਲੈਕਸ਼ਨ ਚੁਣੇ ਹੋਏ ਨੁਮਾਇੰਦੇ। ਸਭ ਤੋਂ ਜ਼ਿਆਦਾ ਕਰਪਸ਼ਨ ਤਾਂ ਪੰਜਾਬ ਦੇ ਇਹਨਾਂ ਦੇ MLA ਕਰੀ ਜਾਂਦੇ ਆ, ਕਟਾਰੂ ਚੱਕ ਵਰਗੇ ਜਿਹੜੇ ਅਜਿਹੀਆਂ ਹਰਕਤਾਂ ਕਰਦੇ ਆ ਉਹਨਾਂ ਨੂੰ ਤਾਂ ਕੋਈ ਭੰਗ ਨਹੀਂ ਕੀਤਾ, ਉਹਨਾਂ ਨੂੰ ਤਾਂ ਕੱਢਿਆ ਨਹੀਂ, ਉਹਨਾਂ ਦੀ ਤਾਂ ਮਿਨਿਸਟਰੀ ਨਹੀਂ ਲਈ। ਜਿਹੜੇ ਗਰੀਬ ਸਰਪੰਚ ਹੈ ਜਾਂ ਜਿਹੜੇ ਇੰਨੇ 5 ਸਾਲ ਕੀਤੇ ਹੈ ਉਹਨਾਂ ਮਗਰ ਪਏ ਹੋ। ਇਸ ਕਰਕੇ ਬਿਲਕੁਲ ਕੌਨਸਟੀਟਿਊਸ਼ਨ ਦੀ ਧੱਜੀਆਂ ਉਡਾਉਂਦੇ ਰਹਿੰਦੇ। ਦੂਜੀ ਗੱਲ, ਹੁਣ ਪਟਵਾਰੀਆਂ 'ਤੇ ਇਹਨਾਂ ਨੇ ਕਿਹਾ ਕਿ ਅਸੀਂ ਐਸਮਾ ਲਵਾਂਗੇ, ਕੀ ਆ ਡਿਊਟੀ 'ਤੇ ਨਹੀਂ ਜਾ ਰਹੇ? ਮੁੱਖ ਮੰਤਰੀ ਸਾਹਿਬ ਆਪ ਕਿਤੇ ਡਿਊਟੀ ਕਰ ਰਹੇ, ਉਹਨਾਂ ਦੀ ਡਿਊਟੀ ਪੰਜਾਬ 'ਚ ਹੈ, ਛੱਤੀਸਗੜ੍ਹ 'ਚ ਨਹੀਂ, ਬੰਬਈ ਨਹੀਂ। ਕੱਲ੍ਹ ਰੱਖੜ ਪੁੰਨਿਆ ਦਾ ਇੰਨਾ ਇਤਿਹਾਸਿਕ ਦਿਨ ਹੈ, ਸ਼ੁਭ ਦਿਹਾੜਾ ਹੈ, ਹਰ ਵਾਰ ਮੁੱਖ ਮੰਤਰੀ ਇੱਥੇ ਆਉਂਦੇ ਹੈ, ਪਰ ਨਹੀਂ, ਕੇਜਰੀਵਾਲ ਨੂੰ ਜਹਾਜ਼ 'ਤੇ ਲੈ ਕੇ ਜਾਣਾ ਸੀ ਬੰਬਈ, ਅਤੇ ਇਸ ਕਰਕੇ ਉੱਥੇ ਛੱਡਤਾ। ਹੜ੍ਹ ਆਏ, ਲੋਕ ਡੁੱਬ ਗਏ, ਪਰ ਮੁੱਖ ਮੰਤਰੀ ਨਹੀਂ, ਕੇਜਰੀਵਾਲ ਨੂੰ ਲੈ ਕੇ ਕਿਤੇ ਛੱਤੀਸਗੜ੍ਹ ਕਿਤੇ ਬੈਂਗਲੌਰ। ਸਹੀ ਮਣੇ 'ਤੇ ਐਸਮਾ ਦਾ ਇਹਦੇ 'ਤੇ ਲੱਗਣਾ ਚਾਹੀਦਾ ਕਿ ਪੰਜਾਬ ਤੋਂ ਬਾਹਰ ਨਾ ਜਾਏ, ਆਪਣਾ ਕੰਮ ਕਰੇ। ਕੰਮ ਕਰਨਾ ਨਹੀਂ ਅਤੇ ਫਿਰ ਲੋਕਾਂ ਦੇ ਉੱਤੇ ਦਬਾਅ ਪਾਉਣਾ ਕਿ ਤੁਸੀਂ ਆਪਣੀ ਆਵਾਜ਼ ਹੀ ਨਹੀਂ ਉਠਾ ਸਕਦੇ। ਲਾਠੀ ਚਾਰਜ ਕਰਕੇ ਇਹਨਾਂ ਨੇ ਇੱਕ ਗਰੀਬ ਕਿਸਾਨ ਦੀ ਮੌਤ ਭਗਵੰਤ ਮਾਨ ਦੇ ਹੁਕਮਾਂ 'ਤੇ ਹੋਈ ਹੈ, ਇਸ ਕਰਕੇ ਭਗਵੰਤ ਮਾਨ 'ਤੇ ਕੇਸ ਰਜਿਸਟਰ ਹੋਣਾ ਚਾਹੀਦਾ ਹੈ। ਕੋਈ ਗੱਲ ਨਹੀਂ, ਜੇ ਨਹੀਂ ਕਰਦੇ ਤਾਂ ਆਉਣਾ ਹੀ ਹੈ, ਸਰਕਾਰਾਂ ਜ਼ਰੂਰ ਕਰਨਗੀਆਂ। ਅਸਲੀ ਗੱਲ ਤਾਂ ਅਫਸਰਾਂ, ਫੈਸਲਾ ਹੁੰਦਾ ਮੰਤਰੀ ਦਾ ਅਤੇ ਮੁੱਖ ਮੰਤਰੀ ਦਾ, ਅਫਸਰਾਂ ਦਾ ਨਹੀਂ ਹੁੰਦਾ। ਜੇ ਅਫਸਰ ਨੇ ਹੀ ਫੈਸਲਾ ਕਰਦੇ ਹੁੰਦੇ ਤਾਂ ਫਿਰ ਅਫਸਰ ਮਿਨਿਸਟਰ ਬਣਦੇ। ਫੈਸਲਾ ਮਿਨਿਸਟਰ ਦਾ, ਸਸਪੈਂਡ ਕਰੋ ਮਿਨਿਸਟਰ ਨੂੰ ਜਿਹਨੇ ਫੈਸਲਾ ਕੀਤਾ, ਦਸਤਖਤ ਹੈ, ਸਸਪੈਂਡ ਕਰੋ ਮੁੱਖ ਮੰਤਰੀ ਨੂੰ ਜਿਹਦੇ ਅਪਰੂਵਲ 'ਤੇ ਆਹ ਫੈਸਲਾ ਫਾਈਲ ਤੁਹਾਡੇ ਕੋਲ ਸਾਰਾ ਦੇਖ ਲਈ, ਮੁੱਖ ਮੰਤਰੀ ਨੇ ਆਪ ਮਨਜ਼ੂਰੀ ਦਿੱਤੀ ਹੈ। ਤੁਸੀਂ ਅਫਸਰਾਂ 'ਤੇ ਜਾਣ ਕੇ ਲੋਕਾਂ ਨੂੰ ਨਿਗਾਹ ਭੁਗਤਾਉਣ ਵਾਸਤੇ, ਭੜਕਾਉਣ ਵਾਸਤੇ ਤੁਸੀਂ ਕਰ ਰਹੇ ਹੋ। ਅਸਲੀ ਦੋਸ਼ੀ ਤਾਂ ਮੁੱਖ ਮੰਤਰੀ ਅਤੇ ਉਹਨਾਂ ਦਾ ਜਿਹੜਾ ਮੰਤਰੀ ਹੈ। ਸਰ, ਏਕ ਇੰਡੀਆ ਏਕ ਕਰ ਰਿਹਾ, ਸਰਕਾਰ ਬਣਾ ਰਿਹਾ, ਇੱਕੋ ਦੇਸ਼ ਦੇ ਵਿੱਚ ਇੱਕੋ ਇਲੈਕਸ਼ਨ, ਕੇਂਦਰ ਸਰਕਾਰ ਵਨ ਨੇਸ਼ਨ ਵਨ ਇਲੈਕਸ਼ਨ ਜਿਹੜੀ ਹੈ ਕਰਨ ਜਾ ਰਹੀ ਆ, ਪ੍ਰਸਤਾਵ ਲਿਆਉਣ ਜਾ ਰਹੀ, ਕੀ ਕਹੋ? ਮੈਂ ਤਾਂ ਸਹੀ ਮਹੀਨੇ 'ਤੇ ਸਾਡੀ ਪਾਰਟੀ ਅਤੇ ਮੈਂ ਇਹਦੇ ਹੱਕ 'ਚ ਹੈ। ਹਰ ਦੂਜੇ ਦਿਨ ਇਲੈਕਸ਼ਨ ਹੋ ਜਾਂਦੇ ਆ, ਇੱਕ ਪਾਰਲੀਮੈਂਟ ਅਤੇ MLA ਇਲੈਕਸ਼ਨ ਇੱਕ ਟਾਈਮ ਹੋਣੀ ਚਾਹੀਦੀ ਹੈ। ਘੱਟ ਘੱਟ 5 ਸਾਲ ਕੋਈ ਇਲੈਕਸ਼ਨ ਨਾ ਹੋਏ, ਕੀ ਹੁੰਦਾ ਹੈ, ਇੱਕ ਸੂਬੇ 'ਤੇ ਦੂਜੇ ਪਾਰਟੀਆਂ ਚੱਲ ਪੈਂਦੀਆਂ, ਉਹਦੇ ਬਾਅਦ ਦੂਜੇ ਸੂਬੇ ਚੱਲ ਪੈਂਦੇ ਆ। ਹੁਣ ਮੁੱਖ ਮੰਤਰੀ ਪੰਜਾਬ ਦਾ ਤੁਰਿਆ ਫਿਰਦਾ ਮਹਾਰਾਸ਼ਟਰ, ਕਿਉਂ? ਇਲੈਕਸ਼ਨ ਕਰਕੇ ਉਹਨੂੰ ਪਾਰਟੀ ਨੂੰ ਜਿਤਾਉਣ ਵਾਸਤੇ। ਇੱਕ ਨੇਸ਼ਨ ਵਨ ਇਲੈਕਸ਼ਨ ਵਨ ਨੇਸ਼ਨ ਬਹੁਤ ਵਧੀਆ ਗੱਲ ਹੈ ਅਤੇ ਪੂਰੇ ਦੇਸ਼ 'ਤੇ ਸਹਿਮਤੀ ਹੋਣੀ ਚਾਹੀਦੀ ਹੈ। ਗੁਰਦਾਸਪੁਰ ਤੋਂ ਸਿਮਰਨਜੀਤ ਸਿੰਘ ਦੀ ਰਿਪੋਰਟ, ਪੰਜਾਬ ਟੂਡੇ।